ओके गाइस ਇਸ ਵੀਡੀਓ ਵਿੱਚ ਆਪਾਂ ਕਰਾਂਗੇ ਕਿ ਤਰਸ਼ੰਕੂ ਸੰਸਦ ਜਾਂ ਹੰਗ ਪਾਰਲੀਮੈਂਟ ਜਾਂ ਲਟਕਦੀ ਸੰਸਦ ਹੁੰਦੀ ਕੀ ਹੈ ਤੇ ਸਾਡੇ ਦੇਸ਼ ਵਿੱਚ ਇਹ ਜਿਹੜੀ ਸੰਸਦ ਆ ਕਦੋਂ-ਕਦੋਂ ਬਣੀ ਤੇ ਇਸ ਦਾ ਨਤੀਜਾ ਕੀ ਨਿਕਲਿਆ ਫਸਟ ਆਫ ਆਲ ਤਰਸ਼ੰਕੂ ਸੰਸਦ ਕਹ ਲੋ ਜਾਂ ਹੰਗ ਪਾਰਲੀਮੈਂਟ ਜਾਂ ਲਟਕਦੀ ਸੰਸਦ ਤੋਂ ਭਾਵ ਇਹ ਹੁੰਦਾ ਹੈ ਜਦੋਂ ਕਿਸੇ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਦੀ ਸੰਸਦ ਵਿੱਚ ਸੈਂਟਰ ਵਿੱਚ ਸਰਕਾਰ ਬਣਾਉਣ ਲਈ ਕਿਸੇ ਇੱਕ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਦੀ ਤੇ ਕੰਡੀਸ਼ਨ ਹੁੰਦੀ ਆ ਕਿ ਹਾਂ ਵੀ ਇੰਨੀਆਂ ਜਿਹੜੀਆਂ ਗਿਆ ਤੁਹਾਨੂੰ ਜਿਹੜੀਆਂ ਐਮਪੀ ਦੀਆਂ ਵੋਟਾਂ ਐਮਪੀ ਜਿਹੜੀਆਂ ਕਿ ਤੁਹਾਡੇ ਜਿੱਤਣੇ ਹੀ ਚਾਇਤੇ ਹੈਗੇ ਆ ਤੇ ਜੇ ਇਨ ਕੇਸ ਨਹੀਂ ਮਿਲਦਾ ਹੈਗਾ ਕਿਸੇ ਨੂੰ ਮੈਜੋਰਟੀ ਨਹੀਂ ਮਿਲਦੀ ਤੇ ਉਹ ਕੀ ਕਰਦੇ ਆ ਵੀ ਚਲੋ ਹੁਣ ਆਪਾਂ ਵੋਟਾਂ ਤੇ ਆਮ ਚੋਣਾਂ ਹੋਈਆਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਆਪਾਂ ਇੱਕ ਦੂਜੀ ਦੀ ਪਾਰਟੀ ਨਾਲ ਸਮਰਥਨ ਦੇ ਨਾਲ ਸਰਕਾਰ ਬਣਾ ਲੈਨੇ ਆ ਜਾਂ ਦਰਾਲੀ ਮੜੀ ਸਰਕਾਰ ਬਣਾ ਲੈਨੇ ਆ ਜਾਂ ਬਾਰੀ ਸਪੋਰਟ ਦੇ ਨਾਲ ਲੈ ਲੈਨੇ ਆ ਠੀਕ ਹੈ ਤੇ ਜਦੋਂ ਉਹ ਦੋ ਜੀਆਂ ਪਾਰਟੀਆਂ ਨੇ ਮਿਲ ਜੁਲ ਕੇ ਸਰਕਾਰ ਬਣਾਉਂਦੇ ਆ ਜਾਂ ਬਾਹਰੀ ਸਮਰਥਨ ਪ੍ਰਾਪਤ ਕਰਦੇ ਆ ਤਾਂ ਉਸ ਨੂੰ ਲਟਕਰੀ ਸੰਸਦ ਕਹਾ ਦਿੰਦੇ ਆ ਕਿਉਂ ਕਿ ਕਿਉਂਕਿ ਮਤਲਬ ਵੀ ਕਦੇ ਵੀ ਜਿਹੜੀ ਉਹ ਪਾਰਟੀ ਆ ਨਾ ਜਾਂ ਸਰਕਾਰ ਆ ਸਹੀ ਤਰ੍ਹਾਂ ਆਪਣੇ ਫੈਸਲੇ ਨਹੀਂ ਕਰ ਪਾਉਂਦੀ ਜਾਂ ਇੱਕ ਨੇ ਇੱਕ ਪਾਰਟੀ ਨੇ ਆਪਣੇ ਪ੍ਰਭਾਵਸ਼ਾਲੀ ਫੈਸਲੇ ਕਰਨੇ ਹੁੰਦੇ ਆ ਕਿ ਆ ਜਿਹੜੀ ਜਿਵੇਂ ਹੁਣ ਜਿਹੜੀ ਆ ਨਰਿੰਦਰ ਮੋਦੀ ਦੀ ਸਰਕਾਰ ਆ ਮੈਜੋਰਟੀ ਵਿੱਚ ਆ ਉਨੋਂ ਭਾਪੀ ਦੋ ਜਾਨੀ ਕਿ 267 70 ਤੱਕ ਵੋਟਾਂ ਚਾਹੀਦੀਆਂ ਹੈ ਉਹ 307 ਤੱਕ ਲੈ ਕੇ ਜਾ ਰਿਹਾ ਹੈ। ਤਾਂ ਜੋ ਵੀ ਫੈਸਲੇ ਉਹ ਕਿੰਡਾ ਵਾ ਉਹ ਆਪਣੀ ਫੈਸਲੇ ਕਰ ਲੈਂਦੇ ਆ ਕਿ ਕਿਸੇ ਪਾਰਟੀ ਦਾ ਮੰਨਦੀ ਜਾਂ ਨਹੀਂ ਮੰਨਦੀ ਜਨਾ ਮਰਜ਼ੀ ਵਿਰੋਧ ਕਰਦੀ ਆ। ਬਟ ਉਦੋਂ ਕੀ ਸੀ ਕਿ 9ਵੀਂ ਲੋਕ ਸਭਾ ਤੋਂ ਲੈ ਕੇ 15ਵੀਂ ਲੋਕ ਸਭਾ ਤੱਕ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਹੀਂ ਮਿਲ ਰਹੀ ਸੀ। ਤਾਂ ਜਾਂ ਤੇ ਉਹ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾ ਰਹੀ ਸੀ ਜਾਂ ਕਿਸੇ ਸਪੋਰਟ ਨਾਲ ਬਣਾ ਰਹੀ ਸੀ। ਤੇ ਉਹ ਫੈਸਲੇ ਪ੍ਰਭਾਵਸ਼ਾਲੀ ਨਹੀਂ ਲੈ پا ਰਹੇ ਸੀ। ਠੀਕ ਹੈ ਜਿਹਦੇ ਨਾਲ ਕੀ ਹੁੰਦਾ ਹੈ ਕਿ ਸਰਕਾਰ ਕਦੇ ਵੀ 5 ਸਾਲ ਤੱਕ ਰਾਜ ਨਹੀਂ ਕਰ ਪਾਉਂਦੀ ਸੀ ਜੇਕਰ ਇਨ ਕੇਸ ਕੇ 파ਟਿੰਦਰ ਰਾਜ ਕੀਤਾ ਵੀ ਹੋਇਆ ਗਿਆ ਪਾਰਟੀ ਸਰਕਾਰ ਚਲਾਈ ਵੀ ਹੋਏਗੀ ਤੋਂ ਆਪਣੇ ਜਿਹੜੇ ਫੈਸਲੇ ਆ ਸਹੀ ਤਰ੍ਹਾਂ ਡਿਸੀਜਨ ਨਹੀਂ ਲੈ ਪਾਈ ਸੀ ਜਿਵੇਂ ਅਟਲਪਿਆਰੀ ਵਾਜਪਾਈ ਦੀ ਸਰਕਾਰ ਦੇ ਆ ਜਾਂਦੀ ਹੈਗੀ ਆ ਮਨਮੋਹ ਸਿੰਘ ਦੀ ਸਰਕਾਰ ਆ ਜਾਂਦੀ ਹੈਗੀ ਆ ਕੋਈ ਵੀ ਫੈਸਲਾ ਜਿਹੜੀ ਆਪਣੇ ਪਾਰਟੀ ਦੇ ਬਦੌਲਤ ਜਾਂ ਆ ਪ੍ਰਧਾਨ ਮੰਤਰੀ ਤੌਰ ਤੇ ਤੌਰ ਦੇ ਫੈਸਲਾ ਨਹੀਂ ਲੈ ਪਾਉਂਦਾ ਸੀ ਕਹਿੰਦਾ ਕਿ ਇੱਕ ਐਗਜ਼ਾਮਪਲ ਦਿੱਤੀ ਹੈ 9ਵੀਂ ਤੋਂ ਲੈ ਕੇ 15ਵੀਂ ਲੋਕ ਸਭਾ ਤੱਕ ਲਟਕਦੀ ਸੰਸਦ ਵਗੈਰਾ ਰਹੀ ਆ ਤੇ ਇੱਕ ਤਜਰਬਾ ਗਵਾ ਕੇ ਦਸੰਬਰ ਲਟਕਦੀ ਸੰਸਦ ਦੀ ਐਗਜ਼ਾਮਪਲ ਦਿੱਤੀ ਉਹਨਾਂ ਨੇ ਕਿ 1989 ਨੂੰ ਇੱਕ ਸਰਕਾਰ ਬਣੀ ਸੀ ਜੁਪੀ ਦੀ ਸਰਕਾਰ ਬਣੀ ਸੀ ਦਸੰਬਰ 'ਚ 1989 ਤੇ ਕੀ ਹੋਇਆ ਇੱਕ ਸਾਲ ਬਾਅਦ ਹੀ 89 'ਚ ਬਣੀ ਤੇ 90 ਵਿੱਚ ਇਹ ਸਰਕਾਰ ਡਿੱਗ ਗਈ ਠੀਕ ਹੈ ਦਸੰਬਰ ਚ ਬਣੀ ਤੇ ਨਵੰਬਰ ਚ ਡੇਕੀ ਯਾਨੀ ਕਿ ਇੱਕ ਸਾਲ ਬਾਅਦ ਇਸ ਸਰਕਾਰ ਡੇਕੀ ਤੇ ਇਸੇ ਦਾ ਹੀ ਇਹ ਨਤੀਜਾ ਨਿਕਲਾ ਜਦੋਂ ਇੱਕ ਪਾਰਟੀ ਨੂੰ ਮжоਰਿਟੀ ਨਹੀਂ ਮਿਲਦੀ ਹੈ ਕਿ ਫਿਰ ਇੱਕ ਐਗਜ਼ਾਮਪਲ ਦਿਤਿਆ ਕਿ 11ਵੀਂ ਲੋਕ ਸਭਾ ਚ ਕਿਸੇ ਵੀ ਦਲ ਨੂੰ ਪੂਰਨ ਬਹੁਮਤ ਪ੍ਰਾਪਤ ਨਾ ਹੋਇਆ ਮжоਰਿਟੀ ਨਾ ਪ੍ਰਾਪਤ ਹੋਈ ਤੇ ਇਸੇ ਪਾਰਟੀ ਦੇ ਨਾਲ ਜਿਹੜੂ ਵੱਖਰੇ ਵੱਖਰੇ ਜਿਹੜੇ ਹੈਗੇ ਜਿਹੜੇ ਆ ਮੈਂਬਰ ਵੀ ਪ੍ਰਧਾਨ ਮੰਤਰੀ ਵੀ ਬਣੇ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਕਿਉਂਕਿ ਉਹ ਆਪਣਾ ਜਿਹੜਾ ਬਹੁਤ ਹਾਸਲ ਕਰ ਹੀ ਨਹੀਂ ਪਾਏ ਇਸੇ ਤਰ੍ਹਾਂ एग्जांपल ਦਿੱਤੀ ਆ ਅਟਲ ਬਿਹਾਰੀਵਾਜ ਪਾਈ ਦੇ ਜਿੰਨੇ ਜਿਹੜੇ ਨਿਊਜ਼ ਸੁਣਦੇ ਰਹਿੰਦੇ ਆ ਆਚਰਨ ਪੋਲੀਟੀਕਲ ਸਾਇੰਸ ਇੰਟਰਸਟ ਆ ਉਹਨਾਂ ਨੂੰ ਪਤਾ ਸੀ ਕਿ ਅੱਜ ਵੀ ਯਾਦ ਕੀਤਾ ਜਾਂਦਾ ਕਿ ਅਟਲ ਬਿਹਾਰੀ ਦੀ 13 ਦਿਨਾਂ ਦੀ ਸਰਕਾਰ ਆਈ ਸੀ ਕਿਤੇ ਦਾ ਜਣਾ ਵਾਲੀ ਸਰਕਾਰ ਰਹੀ ਕਿ ਉਹ ਦੀ ਟੁੱਟ ਗਈ ਸੀ ਫਿਰ ਇੱਕ एग्जांपल ਦਿੱਤੀ ਹੈ ਕਿ ਆ ਕਿ 1997 ਨੂੰ ਇਰਾਗਾ 12ਵੀਂ ਲੋਕ ਸਭਾ ਦੀ ਜਦੋਂ ਚੋਣ ਹੋਈ ਸੀ ਉਸ ਉਹ ਵੀ ਸਿਰਫ 13 ਮਹੀਨਿਆਂ ਦੇ ਹੀ ਸਰਕਾਰ ਬਣੀ ਸੀ ਯਾਨੀ ਕਿ 9ਵੀਂ ਤੋਂ ਲੈ ਕੇ 9ਵੀਂ ਤੋਂ ਲੈ ਕੇ 15ਵੀਂ ਲੋਕ ਸਭਾ ਤੱਕ ਹੁਣ ਤੇ 16ਵੀਂ 17ਵੀਂ ਨਰਿੰਦਰ ਮੋਦੀ ਦੀ ਸਰਕਾਰ ਹੈ ਮжоਰਿਟੀ ਵਿੱਚ 9ਵੀਂ ਲੋਕ ਸਭਾ ਤੋਂ ਲੈ ਕੇ 15ਵੀਂ ਲੋਕ ਸਭਾ ਤੱਕ ਸਰਕਾਰ ਰਹੀ ਗਈ ਆ ਉਹ ਸਾਡੇ ਦੇਸ਼ ਵਿੱਚ ਇੱਕ ਹੰਗ ਪਾਰਲੀਮੈਂਟ ਦਾ ਹੀ ਸਮਾ ਰਿਆ ਹੈ ਜਿਸ ਦਾ ਕਰਕੇ ਜਿਹੜੇ ਕਿ ਕੋਈ ਵੀ ਫੈਸਲੇ ਸਹੀ ਤਰ੍ਹਾਂ ਨਹੀਂ ਕੋਈ ਕਰ ਪਾਇਆ ਹੈ ਯੋ ਤੁਸੀਂ ਸਮਝ ਆ ਗਈ ਹੋਏਗੀ ਹੰਗ ਪਾਰਲੀਮੈਂਟ ਲਟਕਦੀ ਸੰਸਦ ਜਾਂ ਤਰਸ਼ੰਕੂ ਸੰਸਦ ਕੀ ਹੁੰਦੀ ਹੈ